देखो देखो लोकां दे तमाशे देखो आपां नूं आनंद। कम से कम 100 साल तो उत्ते ही हो गया उन्हें ते देखो भाई आज व्लॉग बनाने चालू करने सी ते इत्थे आ के पता नहीं कि एक टाइम आया जिथे रोकी इन्होंने मोटरसाइकिल गन्नियां चो वड़ वड़ के जाना पैन दिया। एहो जी बड़ी फेमस जगह होई पई है देखो पिछे हां ते पहुंच चुके हैं जेड़ी बहुत ज्यादा फेमस जगह है ते हाडे वीर भरा वेखो गन्ने विच वड़ के बैठे हुए है सोच रहे हैं व्लॉग कित्थों लईए ਜਿਹੜੀਆਂ ਜਗ੍ਹਾਵਾਂ ਹੁੰਦੀਆਂ ਨੇ ਵਲੌਗ ਬਣਾਉਣ ਵਾਸਤੇ ਜਾਂ ਇਸ ਤਰ੍ਹਾਂ ਅਤੇ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਬਹੁਤ ਸੋਹਣੀਆਂ ਹੁੰਦੀਆਂ ਨੇ ਅਤੇ ਉਹ ਆਪਾਂ ਨੂੰ ਲੱਭਣ ਵਾਸਤੇ ਬਹੁਤ ਟਾਈਮ ਲੱਗਦਾ ਕਈ ਵਾਰ ਅਤੇ ਆਪਾਂ ਨੂੰ ਆਹ ਬਹੁਤ ਹੀ ਬਹੁਤ ਸੋਹਣਾ ਲੱਗਿਆ ਤੁਸੀਂ ਵਿਖਾਓ ਵੀਰ ਜੀ ਇਹਨਾਂ ਨੂੰ ਮਤਲਬ ਕੋਈ ਭੀੜ ਭਾੜ ਦੇ ਕੋਈ ਡਿਸਟਰਬ ਨਹੀਂ ਕਰਦਾ ਕੋਈ ਆਪਾਂ ਨੂੰ ਫੀਲਿੰਗ ਸਾਡੀ ਵਧੀਆ ਆਵੇ ਜੀ ਨਾ ਅਤੇ ਆਹ ਬਹੁਤ ਪੁਰਾਣਾ ਹੈ ਸਭ ਤੋਂ ਪੁਰਾਣਾ ਦਰਖਤ ਆ ਬੋਰਡ ਦਾ ਅਤੇ ਕਮ ਸੇ ਕਮ 100 साल तो उत्ते ही हो गया हूँ इन्हू तो चलो गुरु साहब कृपा करन आप ब्लॉग बना के ते फिर आप जी वधिया वधिया होर भेजांगे आप जी ठीक है जी। हाँ जी आ इन्नी फेमस जगह इत्थे वेखो लोकां वास्ते टीन शेड भी पै रखिया क्या के चलो देखो देखो लोकां दे तमाशे देखो आपां नूं आनंद लैण आए भाई जी कुछ नहीं मैं बुढ़ा करना छेती मैं भरा नहीं करना कुछ नहीं करना तू माड़ा जहा पालो करके Pulling out black windows once you go down. You must be crazy if. ਲੱਗੇ ਪਏ ਘੰਟਾ ਹੋ ਗਿਆ ਸਾਨੂੰ ਬੜਾ ਆਨੰਦ ਆ ਰਿਹਾ ਪਹਿਲੀ ਵਾਰ ਫੀਲਿੰਗ ਬੜੀ ਵਧੀਆ ਆ ਰਹੀ ਸ਼ੂਟਿੰਗ ਕਰ ਰਹੇ ਸੀ ਵੀ ਬਨਸਪਤੀ ਵੇਖ ਕੇ ਇੰਨੇ ਫੁੱਲ ਬੂਟੇ ਇੰਨੇ ਵਧੀਆ ਲੱਗਦੇ ਕੀ ਬਾਤ ਆ ਨਜ਼ਾਰਾ ਆ ਗਿਆ ਸੱਚੀ ਗੱਲ ਜ਼ਿੰਦਗੀ ਦਾ ਸਹੀ ਗੱਲ ਹੈ ਇਹਨਾਂ ਦੇ ਚੜਨੇ ਚ ਨਜ਼ਾਰਾ ਆ ਗਿਆ ਪਹਿਲਾਂ ਵਾਲਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਅੱਜ ਦੂਜਾ ਵੀ ਇਹਨਾਂ ਨੇ ਕਰਿਆ ਉਹਦਾ ਤਰੱਕੀ ਕਰ ਗਿਆ ਬਹੁਤ ਜ਼ਿਆਦਾ ਇੱਥੇ ਹੁਣ ਇੱਕ ਸਾਧੂ ਸੰਤ ਬੈਠੇ ਸੀ ਤੇ ਉਹਨਾਂ ਕੋ ਪਲਾਟ ਸੀ ਉਹ ਮੰਗਦੇ ਪਏ ਸੀ ਪਲਾਟ ਵਿਕਾਊ ਹੈ ਉਹ ਤੁਹਾਨੂੰ ਅਗਲੀ ਵੀਡੀਓ ਚ ਵਿਖਾਵਾਂਗੇ ਤੇ ਤੁਸੀਂ ਇਸ ਕਰਕੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਤੇ ਲਾਈਕ ਕਰ ਲਓ ਤੇ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਆ ਬਾਬਾ ਜੀ ਕਹਿੰਦੇ ਆ ਕਮੈਂਟ ਜ਼ਰੂਰ ਕਰਕੇ ਦਿਖਾਇਓ ਫਿਰ ਆਪ ਜੀ ਨੂੰ ਫਿਰ ਹੋਰ ਵੀਡੀਓ ਵਧੀਆ ਵਧੀਆ ਲੈ ਕੇ ਆਵਾਂਗੇ ਹਾਂਜੀ ਠੀਕ ਆ ਰਿਐਕਟ ਕਰੋ